ਲੈਣ ਨਕਸ਼ ਤੇ ਲੇਖ ਲਕੀਰਾਂ ਲਿਖੇ ਲਿਖਾਏ ਆਉਂਦੇ ਨੇ, ਹੱਕਰ ਅਸ਼ਕ ਸੂਰਮੇ ਜ਼ਿੰਦਗੀ ਘੈਂਟ ਜਿਉਂਦੇ ਨੇ। ਜੇ ਚੰਦਨ ਦੀ ਰਾਖੀ ਦੇ ਲਈ ਸੈਨਿਕ ਲੱਭਦੇ ਹੋ, ਸਭ ਤੋਂ ਵਧੀਆ ਦੱਸਿਓ ਮੈਨੂੰ ਕਿਹੜਾ ਕਰ ਸਕਦਾ। ਧੀਆਂ ਮਾਵਾਂ ਭੈਣਾਂ ਤਿੰਨੇ ਦਾਤ ਕੁਦਰਤੀ ਨੇ, ਜੇ ਕਰੀਏ ਸਤਿਕਾਰ ਖੁਸ਼ੀ ਨਾਲ ਵਿਹੜਾ ਭਰ ਸਕਦਾ, ਜੇ ਕਰੀਏ ਸਤਿਕਾਰ ਖੁਸ਼ੀ ਨਾਲ ਵਿਹੜਾ ਭਰ ਸਕਦਾ। ਪੰਜਾਬ ਦੇ ਲੋਕ ਰੰਗਾਂ 'ਚੋਂ ਇੱਕ ਰੰਗ ਕਲੀ ਲੈ ਕੇ ਪੇਸ਼ ਹੋਏ ਆ, ਕਲੀ ਕਲ ਯੁੱਗ ਦੀ। ਮੇਰਾ ਵੀਰ ਕਲੀ ਪੇਸ਼ ਕਰਨ ਲੱਗਿਆ, ਗੌਰ ਨਾਲ ਸੁਣਿਓ, ਇੱਕ ਇੱਕ ਸ਼ਬਦ ਸੁਣਨ ਵਾਲਾ ਕਲੀ ਪੇਸ਼ ਕਰਨ ਲੱਗਿਆ, ਮਨੀ ਲਾਉਂਗੀ। ਉਹ ਇੱਕੋ ਖਸਮ ਜਵਾਨਾ ਬਾਪੂ ਸਭ ਦਾ ਦੁਨੀਆਂ ਤੇ, ਉਹ ਨੀਲੀ ਛੱਤ ਵਾਲੇ ਦੀ ਖੇਡੀ ਖੇਡਣਿਆ ਹਾਰੀ, ਉਹ ਕੌਣ ਕਿਸੇ ਲਈ ਮਰਦਾ, ਗੱਲਾਂ ਕੱਚੀਆਂ ਕੱਚੀਆਂ ਨੇ, ਸੱਚ ਆਖਾਂ ਸਭ ਨੂੰ ਹੁੰਦੀ ਮਿੱਤਰਾ ਆਪਣੀ ਜਾਨ ਪਿਆ ਹਾਰੀ, ਉਹ ਸਭ ਨੂੰ ਹੁੰਦੀ ਮਿੱਤਰਾ ਆਪਣੀ ਜਾਨ ਪਿਆਰੀ। ਉਹ ਇੰਚ ਧਰਤ ਨਾ ਖਿੱਲੀ ਮਿੱਤਰਾ ਜ਼ਮੀਨਾਂ ਇੱਥੇ ਹੀ ਨੇ, ਉਹ ਤੁਰ ਗਏ ਇੱਥੋਂ ਲੱਖ ਕੰਨ ਗੋ ਪਟਵਾਰੀ, ਉਹ ਭਾਵੇਂ ਲੱਖ ਲਵਾ ਲਈ ਮਿੱਤਰਾ ਜੇਬਾਂ ਕਫਨ ਦੀਆਂ, ਸੱਚ ਆਖਾਂ ਇੱਥੇ ਰਹਿ ਜੂੰ ਲੁੱਟੀ ਦੌਲਤ ਤੇਰੀ ਸਾਰੀ। ਉਹ ਮਾਮੀਆਂ ਮਾਸੀਆਂ ਲੱਖ ਬਣਾ ਲੋ ਬਈ ਬਣ ਜਾਣਗੀਆਂ, ਉਹ ਮਾਤਾ ਇੱਕੋ ਹੀ ਮਿੱਤਰਾ ਏ ਨਾ ਮਿਲੇ ਉਧਾਰੀ, ਹੋ ਸਕੇ ਭਰਾ ਦੀ ਥਾਂ ਤੇ ਨਹੀਂ ਖੜਦਾ ਕੋਈ ਨਹੀਂ ਖੜਦਾ, ਸੱਚ ਆਖਾਂ ਭੈਣ ਭਣੋਈਏ ਵਰਗੀ ਹੈ ਨੀ ਰਿਸ਼ਤੇਦਾਰੀ। ਉਹ ਹੱਡ ਤਰਾਉਂਦੇ ਗਹਿਣੇ ਮਿੱਤਰਾ ਚਸਕੇ ਚੌਧਰ ਦੇ, ਉਹ ਪੁੱਤ ਦੇ ਹੱਥੋਂ ਹਰ ਗਿਆ ਅਕਬਰ ਜੇ ਖਿਡਾਰੀ, ਉਹ ਪੁੱਤ ਦੇ ਹੱਥੋਂ ਹਰ ਗਿਆ ਅਕਬਰ ਜਹੇ ਖਿਡਾਰੀ। ਉਹ ਨਾਦਰ ਸ਼ਾਹ ਦੀ ਦਿੱਲੀ ਬਣ ਗਈ ਓਏ ਅੱਜ ਮੋਦੀ ਦੀ ਤਖਤਾਂ ਤਾਜਾਂ ਤੇ ਨਾ ਸਦਾ ਰੱਖੇ ਸਰਦਾਰੀ, ਉਹ ਤਖਤਾਂ ਤਾਜਾਂ ਤੇ ਨਾ ਸਦਾ ਰੱਖੇ ਸਰਦਾਰੀ। ਉਹ ਨਵੇਂ ਉੱਠੇ ਨੇ ਕਈ ਗਾਇਕ ਡਾਲਰਾਂ ਸਿਰ ਤੇ ਓਏ, ਉਹ ਮਾਂ ਬੋਲੀ ਦੀ ਜੜ ਵਿੱਚ ਜਾਂਦੇ ਭੰਗ ਖਿਲਾਰੀ, ਉਹ ਮਾਂ ਬੋਲੀ ਦੀ ਜੜ ਵਿੱਚ ਜਾਂਦੇ ਭੰਗ ਖਿਲਾਰੀ। ਉਹ ਗਾਣੇ ਰਫਲਾਂ ਸਿਗਟਾਂ ਡੋਡਿਆਂ ਟੈਂਕਾਂ ਤੇ ਕੱਚੀਆਂ ਕਲਮਾਂ ਢਿੱਲੋਆ ਲੁੱਚੇ ਬਣੇ ਲਿਖਾਰੀ, ਉਹ ਕੱਚੀਆਂ ਕਲਮਾਂ ਜੰਗ ਸਾਂ ਲੁੱਚੇ ਬਣੇ ਲਿਖਾਰੀ। ਉਹ ਲਾਲਚ ਖਾਤਰ ਲੋਕ ਵਜਾਉਂਦੇ ਘਰ ਦੀ ਘੰਟੀ ਬਈ, ਮੇਡ ਇਨ ਚਾਈਨਾ ਵਾਂਗੂ ਕਿਸੇ ਦੀ ਕੋਈ ਗਰੰਟੀ ਨਹੀਂ, ਝੂਠ ਦੀ ਨਗਰੀ ਰੋਜ਼ ਵਪਾਰੀ ਹੋ ਲੱਧ ਜਾਂਦਾ, ਰੀੜ੍ਹ ਦੀ ਹੱਡੀ ਟੁੱਟ ਜੇ ਜਦ ਕੋਈ ਆਪਣਾ ਛੱਡ ਜਾਂਦਾ, ਰੀੜ੍ਹ ਦੀ ਹੱਡੀ ਟੁੱਟ ਜੇ ਜਦ ਕੋਈ ਆਪਣਾ ਛੱਡ ਜਾਂਦਾ। ਅਤੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਸਾਡਾ ਇਹ ਗਾਈ ਕਲੀ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਕਲੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ। ਅਤੇ ਇੱਕ ਬੇਨਤੀ ਹੈ ਜੀ, ਸਾਡਾ ਯੂਟਿਊਬ 'ਤੇ ਚੈਨਲ ਜੰਗ ਡੀ ਪ੍ਰੋਡਕਸ਼ਨ, ਸਾਡੇ ਨਵੇਂ ਨਵੇਂ ਗਾਣਿਆਂ ਲਈ ਨਵੀਂ ਨਵੀਂ ਅਪਡੇਟਸ ਲਈ ਉਹਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਦੇ ਬਟਨ 'ਤੇ ਤੁਸੀਂ ਪ੍ਰੈਸ ਕਰੋ ਤਾਂ ਕਿ ਸਾਡਾ ਗੀਤ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਇੰਨੇ ਕਹਿੰਦੇ ਹੋਏ ਅਸੀਂ ਦੋਨੇ ਭਰਾ ਖੇਮਾਂ ਦੇ ਜਾ ਚੁੱਕੇ ਹਾਂ, ਤਦ ਤੱਕ ਲਈ ਸਾਡੇ ਦੋਨਾਂ ਭਰਾਵਾਂ ਵੱਲੋਂ ਸਤਿ ਸ਼੍ਰੀ ਅਕਾਲ।